आम आदमी पार्टी के विधायक और पंजाब कोर कमेटी के मैंबर अमन अरोड़ा फजिलका पुजे जिथे उन्होंने लोग सभा चोणों नूं लै पार्टी के वर्करां नाल मीटिंग की। पंजाब जिथे हर एक पार्टी वालों लोग सभा चोणों नूं लै हुण तों ही तैयारियां शुरू कर दित्तियां गईयां हन, उत्थे ही आम आदमी पार्टी के अमन अरोड़ा ने प्रैस कॉन्फ्रेंस च कहा कि अमृतसर के निरंकारी भवन च होए बंब ब्लास्ट और उसी दिन राजपुरा च IAS अफसर के सहुरे नूं गोली मार के कतल कर देने तों बाद अमृतसर के आम आदमी पार्टी के साबका जिला प्रधान ते शरेआम गोलियां चलाईयां गईयां सन। उन्होंने कहा कि जिस तों बाद साबित हुंदा है कि विरोधी ताकतां नूं सरकार दा कोई डर नहीं है। उन्होंने सरकार तों इन्हां दोषियों खिलाफ सख्त कार्रवाई करन नूं कहा। इस दे नाल ही अमन अरोड़ा ने कई होर मुद्दियां ते भी मीडिया नाल जानकारी सांझी कीती। कि बड़े लंबे समय तों पंजाब दा माहौल खराब करन दे लई जिहड़े एंटी सोशल ते एंटी नैशनल एलीमेंट्स ने वो बड़े तत्पर और तैयार हो रहे थे। ये लीड्स ने जिहड़ियां वो चाहे मकसूदा दे विच जिस तरीके दे नाल पुलिस स्टेशन दे उपर बॉम्ब अटैक होया और तीन जिहड़े कश्मीरी टैररिस्ट ने वो जलंधर के एक होस्टल दे विचों फड़े गए ते लंबे समय तो मैं समझदा कि जिहड़े अजिहे देश और समाज विरोधी तत्व ने इन्हां दे हौसले उदों वध जांदे ने जदों जिवें हुण तकरीबन 3.5 साल हो गए ने गुरु ग्रंथ साहिब की बेअदबी होई नूं 2 नौजवान शहीद कर दिते गए। 3.5 साल हो गए ने 2 सरकारां बदल चुकियां, 2 सिट्स बन चुकियां, 2 कमिशन बन चुके, अणगिनत FIR हो चुकियां, पर हजे तक उहदा जिहड़े दोषी ने दोखी ने जिहड़े उहदे ਉਹ ਜੇ ਖੁੱਲ੍ਹੇਆਮ ਘੁੰਮ ਰਹੇ ਨੇ। ਜਿਹੜੇ ਨਿਰਦੋਸ਼ ਨੇ ਉਹ ਵਿਚਾਰੇ ਇਨਸਾਫ ਦੇ ਲਈ ਮੰਗ ਕਰ ਰਹੇ ਨੇ। ਇਸੇ ਤਰੀਕੇ ਦੇ ਨਾਲ 2.5 ਸਾਲ ਹੋ ਗਏ ਨੇ ਅੱਜ ਮੌੜ ਬੰਬ ਬਲਾਸਟ ਹੋਏ ਜਿਹਦੇ 'ਚ 7 ਵਿਅਕਤੀ ਨੇ ਜਿਹੜੇ 2 ਛੋਟੇ ਬੱਚੇ ਉਹ ਮਾਰੇ ਗਏ ਸੀਗੇ। ਸਿੱਟ ਬਣ ਚੁੱਕੀ ਆਪਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਉਦੋਂ ਅਕਾਲੀ ਦਲ, ਕਾਂਗਰਸ, BJP ਨੇ ਕੋਠੇ ਚੜ੍ਹ ਚੜ੍ਹ ਕੇ ਆਮ ਆਦਮੀ ਪਾਰਟੀ ਨੂੰ ਐਕਿਊਜ਼ ਕੀਤਾ ਕਿ ਆਮ ਆਦਮੀ ਪਾਰਟੀ ਹਾਰਡਲਾਈਨਰਸ ਦੇ ਨਾਲ ਮਿਲ ਕੇ ਇਹ ਜਿਹੜਾ ਬੰਬ ਬਲਾਸਟ ਹੈ ਉਹ ਕਰਵਾਇਆ। ਉਦੋਂ ਸਾਨੂੰ ਐਕਿਊਜ਼ ਕੀਤਾ ਗਿਆ ਅਤੇ ਹੁਣ ਇਹਨਾਂ ਦੀ ਸਿੱਟ ਆਪ ਕਹਿ ਰਹੀ ਹੈ। ਔਰ ਸੁਖਬੀਰ ਬਾਦਲ ਦੀ 3 ਦਿਨ ਪਹਿਲਾਂ ਦੀ ਸਟੇਟਮੈਂਟ ਹੈ ਕਿ ਡੇਰਾ ਸੱਚਾ ਸੌਦਾ ਉਹਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਲਈ ਜਿਹੜੀਆਂ ਰਾਜਨੀਤਿਕ ਰੋਟੀਆਂ ਨੇ ਉਹ ਪੰਜਾਬ ਲਈ, ਪੰਜਾਬ ਦੀ ਖੁਸ਼ਹਾਲੀ ਦੇ ਲਈ ਜ਼ਿਆਦਾ ਇੰਪੋਰਟੈਂਟ ਨੇ। ਇਸ ਕਰਕੇ ਜਿਹੜੇ ਸ਼ਰਾਰਤੀ ਔਰ ਮਾੜੇ ਅੰਸਰ ਨੇ ਉਹ ਉਹਨਾਂ ਦੇ ਹੌਸਲੇ ਨੇ ਬੁਲੰਦ ਹੁੰਦੇ ਜਾ ਰਹੇ ਨੇ। 3 ਦਿਨਾਂ ਦੇ ਵਿੱਚ 3 ਮੇਜਰ ਇੰਸੀਡੈਂਟਸ, ਪਹਿਲਾਂ ਨਿਰੰਕਾਰੀ ਭਵਨ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ ਹਮਲਾ, ਫਿਰ ਉਸੇ ਦਿਨ ਰਾਜਪੁਰਾ ਦੇ ਵਿੱਚ ਇੱਕ IAS ਆਫੀਸਰ ਦੇ ਫਾਦਰ ਇਨ ਲਾਅ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ, ਅਤੇ ਕੱਲ੍ਹ ਸ਼ਰੇਆਮ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਕਸ ਜਿਹੜੇ ਸਾਡੇ ਪ੍ਰਧਾਨ ਸੀਗੇ ਸੁਰੇਸ਼ ਸ਼ਰਮਾ, ਉਹਨਾਂ ਦੇ ਉੱਪਰ ਗੋਲੀਆਂ ਕਾਤਲਾਨਾ ਹਮਲਾ ਕਰਦਾ। ਮੈਂ ਸਮਝਦਾ ਕਿ ਸਰਕਾਰ ਦਾ ਜਿਹੜਾ ਡਰ ਭੈ ਹੈ ਉਹ ਬਿਲਕੁਲ ਜਿਹੜੇ ਐਂਟੀ ਨੈਸ਼ਨਲ ਸੋਸ਼ਲ ਐਲੀਮੈਂਟਸ ਨੇ ਉਹਨਾਂ ਤੋਂ ਖਤਮ ਹੋ ਚੁੱਕਿਆ। ਬੇਲਗਾਮ ਹੋਈ ਪਈ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਚਾਹੇ ਕੋਈ ਵਿਅਕਤੀ ਹੈ, ਕੋਈ ਸੰਸਥਾ ਹੈ, ਕੋਈ ਔਰਗਨਾਈਜੇਸ਼ਨ, ਜਿਹੜੇ ਇਹਨਾਂ ਕ੍ਰਿਮੀਨਲ ਐਕਟਸ ਦੇ ਵਿੱਚ ਇਨਵੋਲਵ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਮਜ਼ਹਬ ਨਹੀਂ ਹੁੰਦਾ ਹੈਗਾ, ਅਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਲਈ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਉਹ ਕਾਰਵਾਈ ਕਰੇ, ਉਹ ਸਖ਼ਤ ਤੋਂ ਸਖ਼ਤ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ। ਬਿਲਕੁਲ ਫੇਲੀਅਰ ਹੈ ਸੈਂਟਰਲ ਇੰਟੈਲੀਜੈਂਸ ਏਜੰਸੀਜ਼ ਦਾ, ਪੰਜਾਬ ਦੀ ਇੰਟੈਲੀਜੈਂਸ ਏਜੰਸੀਜ਼ ਦਾ। ਬੜੇ ਲੰਮੇ ਸਮੇਂ ਤੋਂ ਹਾਈ ਅਲਰਟ ਦੇ ਸੀਗਾ ਜ਼ਾਕਿਰ ਮੂਸਾ, ਉਹ ਇੱਥੇ ਦੇਖਿਆ ਜਾਂਦਾ ਆਰਮੀ ਚੀਫ ਪੰਜਾਬ ਦੇ ਵਿੱਚ ਆ ਕੇ ਅਲਰਟ ਕਰਕੇ ਜਾਂਦੇ ਨੇ ਕਿ ਇਸ ਤਰ੍ਹਾਂ ਦੀਆਂ ਇਨਪੁੱਟਸ, ਇੰਟੈਲੀਜੈਂਸ ਇਨਪੁੱਟਸ ਸਾਡੇ ਕੋਲ ਹੈਗੀਆਂ, ਅਤੇ ਫਿਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੋ ਰਹੀਆਂ ਨੇ, ਸ਼ਰੇਆਮ ਦਿਨ ਦਿਹਾੜੇ ਹੋ ਰਹੀਆਂ ਨੇ। ਅਤੇ ਇਹਦੇ ਲਈ ਮੈਂ ਸਮਝਦਾ ਕਿ ਸਰਕਾਰ ਹੈ ਜਿਹੜੀ ਸੁੱਤੀ ਪਈ ਹੈ, ਕੈਪਟਨ ਸਾਹਿਬ ਹੋਮ ਮਿਨਿਸਟਰ ਨੇ ਉਹ ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਪਹਾੜਾਂ ਤੋਂ ਉੱਤਰ ਕੇ ਨੀਚੇ ਪੰਜਾਬ ਦਾ ਕੀ ਹਾਲ ਚੱਲ ਰਿਹਾ ਹੈ ਇਹ ਸ਼ਾਇਦ ਉਹਨਾਂ ਨੂੰ ਦੇਖਣ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ। ਸੋ ਬਹੁਤ ਅਨਫੋਰਚੁਨੇਟ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਕੋਗਨੀਸੈਂਸ ਜਿਹੜੀ ਉਹ ਲੈਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀ ਮੁੜ ਕੇ ਦੁਬਾਰਾ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ। ਪੰਜਾਬ ਨੇ ਜਿਹੜੀ ਸ਼ਾਂਤੀ ਹੈ ਇਹ 35,000 ਕੀਮਤੀ ਜਾਨਾਂ ਗਵਾ ਕੇ ਫੇਰ ਖੱਟੀ ਹੈ, ਫੇਰ ਕਮਾਈ ਹੈ, ਇਹਨੂੰ ਅਜਾਈਂ ਅਸੀਂ ਮਾੜੇ ਅਨਸਰਾਂ ਦੇ, ਚਾਹੇ ਉਹ ਪੰਜਾਬ 'ਚ ਬੈਠੇ ਨੇ, ਚਾਹੇ ਉਹ ਕਿਸੇ ਹੋਰ ਸਟੇਟ 'ਚ ਬੈਠੇ ਨੇ, ਜਾਂ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਨੇ, ਆਮ ਆਦਮੀ ਪਾਰਟੀ ਅਜਿਹੀ ਇਸੇ ਤਰ੍ਹਾਂ ਤਰੀਕੇ ਦੇ ਨਾਲ ਕਿਸੇ ਵੀ ਮਾੜੇ ਅਨਸਰ ਦੇ ਹੱਥਾਂ ਦੇ ਵਿੱਚ ਇਹ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਨਹੀਂ ਜਾਣ ਦੇਵੇਗੀ। ਬਿਊਰੋ ਰਿਪੋਰਟ ਦਾ TV NRI।